ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਸਿਨੇਮੈਟਿਕ ਸ਼ੋਟ ਤੁਸੀਂ ਦੇਖ ਹੀ ਚੁੱਕੇ ਹੋ, ਅੱਜ ਆਪਣੇ ਕੋਲ ਕਲਾਸਿਕ, ਠੀਕ ਹੈ ਜੀ, ਇਸ ਤੋਂ ਇਲਾਵਾ ਸਟੈਂਡਰਡ, ਇਲੈਕਟ੍ਰਾ, ਸਾਰੇ ਮਾਡਲ ਖੜੇ ਨੇ। ਐਕਸਟਰਾ ਤੋਂ ਗੱਲ ਕਰੀਏ ਤਾਂ ਜੀ, ਅੱਜ ਆਪਣੇ ਕੋਲ ਇੱਕ ਜਾਵਾ ਵੀ ਖੜਾ ਵਾ, ਥੰਬਨੇਲ ਚ ਤੁਸੀਂ ਦੇਖ ਹੀ ਚੁੱਕੇ ਹੋ, ਅਪਾਚੀ ਵੀ ਖੜਾ ਵਾ, ਐਕਟਿਵਾ ਵੀ ਖੜੀ ਹੈ, ਸਿੰਗਲ ਸਿੰਗਲ ਪੀਸ ਹੈ, ਐਕਸਚੇਂਜ ਵਿੱਚ ਆਏ ਹੋਏ ਨੇ। ਸੋ ਕੋਈ ਮੇਰਾ ਵੀਰ ਐਕਸਚੇਂਜ ਕਰਨਾ ਚਾਹੁੰਦਾ ਤਾਂ ਉਹ ਵੀ ਆਫਰ ਤੁਹਾਡੇ ਕੋਲ ਹੈਗੀ ਹੈ। ਗੱਲ ਕਰਾਂ ਜੀ, ਅੱਜ ਮੈਂ ਖੜਾ ਵਾਂ ਸ਼ਿਵਮ ਆਟੋ ਡੀਲ, ਬੱਸ ਸਟੈਂਡ ਫਲਾਈਓਵਰ ਦੇ ਨੀਚੇ, ਸਕੂਟਰ ਮਾਰਕੀਟ ਹੈ ਜੀ ਲੁਧਿਆਣਾ ਸਿਟੀ ਦੇ ਵਿੱਚ। ਪਹਿਲਾਂ ਕਲੀਅਰ ਕਰਦਾ, ਲੁਧਿਆਣਾ ਸਿਟੀ 'ਚ ਬੱਸ ਸਟੈਂਡ ਫਲਾਈਓਵਰ ਦੇ ਨੀਚੇ ਸਕੂਟਰ ਮਾਰਕੀਟ ਹੈ ਜੀ, ਉੱਥੇ ਮੈਂ ਕਹਿਣਾ ਸ਼ਿਵਮ ਆਟੋ ਡੀਲ ਲੁਧਿਆਣਾ। ਤੇ ਗੱਲ ਕਰੀਏ ਜੀ, ਅੱਜ ਆਪਣੇ ਕੋਲ ਇਲੈਕਟ੍ਰਾ ਸਟੈਂਡਰਡ ਕਲਾਸਿਕ ਸਾਰੇ ਹੀ ਖੜੇ ਨੇ। ਵੀਰੇ ਨਾਲ ਮੇਰੀ ਗੱਲ ਹੋਈ ਸੀਗੀ, ਵੀਰੇ ਥੋੜਾ ਜਿਹਾ ਉਹਨਾਂ ਦਾ ਸ਼ਡਿਊਲ ਬਿਜ਼ੀ ਹੈ ਤਾਂ ਇੰਟਰੋਡਕਸ਼ਨ ਨਹੀਂ ਕਰਾ ਪਾਵਾਂਗਾ, ਤਾਂ ਜਿਹੜਾ ਐਡਰੈਸ ਹੈ, ਜਿਹੜਾ ਡੀਲਰ ਹੈ ਉਹਨਾਂ ਦਾ, ਤਾਂ ਨਾਮ ਵਗੈਰਾ ਸਾਰਾ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਠੀਕ ਹੈ ਜੀ। ਤੇ ਹੁਣ ਇੱਕ ਇੱਕ ਕਰਕੇ ਜਿਹੜੀ ਬਾਈਕ ਦੀ ਡਿਟੇਲਸ ਗਾਣੀਆਂ ਮੈਂ ਤੁਹਾਨੂੰ ਸ਼ੁਰੂ ਕਰਦਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਪੋਰਟ ਬਣਾਈ ਰੱਖੋ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਤੇ ਇੱਕ ਕਰਕੇ ਜਿਹੜੀ ਬਾਈਕ ਦੀ ਡਿਟੇਲਸ ਆ ਤੁਹਾਨੂੰ ਮੈਂ ਦਿਖਾਉਣੀਆਂ ਸ਼ੁਰੂ ਕਰਦਾ ਵਾਂ। ਤਾਂ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਆਪਣੇ ਕੋਲ ਬੁਲੇਟ ਇਸ ਸਾਈਡ ਤੇ ਜਾਵਾ, ਠੀਕ ਹੈ, ਜਿਕਟਰ, ਦੋ ਤਿੰਨ ਮਾਡਲ ਆਪਣੇ ਕੋਲ ਖੜੇ ਨੇ ਕਿਉਂਕਿ ਐਕਸਚੇਂਜ ਵਿੱਚ ਆਏ ਹੋਏ ਨੇ, ਠੀਕ ਹੈ ਜੀ। ਬੁਲੇਟ ਆਪਣੇ ਕੋਲ ਲਾਈਨ ਤੁਸੀਂ ਦੇਖ ਸਕਦੇ ਹੋ। ਇੱਕ ਇੱਕ ਕਰਕੇ ਮੈਂ ਬਾਈਕ ਦੀ ਡਿਟੇਲ ਦੇਣੀਆਂ ਸ਼ੁਰੂ ਕਰਦਾ ਵਾਂ, ਨੰਬਰ ਜ਼ਰੂਰ ਨਾਲ ਦੀ ਨਾਲ ਚੈੱਕ ਕਰਦੇ ਰਹੋ, ਠੀਕ ਹੈ ਜੀ। ਤੋ ਗੱਲ ਕਰੀਏ, ਸਭ ਤੋਂ ਪਹਿਲੇ ਆਪਣੇ ਕੋਲ ਖੜਾ ਜੀ ਇਲੈਕਟ੍ਰਾ, ਐਕਸਟਰਾ ਤੋਂ ਐਸ ਵਾਲੇ ਅਲੋਈ ਵੀਲ, ਆਰਨ ਲੱਗੇ ਹੋਏ ਨੇ, ਬਲੈਕ ਕਲਰ ਕੰਡੀਸ਼ਨ ਤੁਹਾਡੇ ਸਾਹਮਣੇ, ਬਹੁਤ ਹੀ ਅੱਛੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆਪਣੇ ਕੋਲ ਖੜੀ ਹੈ, ਠੀਕ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਨੰਬਰ ਚੈੱਕ ਕਰਦੇ ਚੱਲੋ, PB 29 ਮੋਗਾ ਦਾ ਨੰਬਰ, 2008 ਮਾਡਲ, 1,00,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਇਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਜੀ, ਬਲੈਕ ਕਲਰ ਦੇ ਬੁਲੇਟ ਵਿੱਚ ਬਲੈਕ ਕਲਰ ਦੇ ਅਲੋਏ ਵੀਲਸ ਬਹੁਤ ਹੀ ਜ਼ਿਆਦਾ ਅੱਛੀ ਲੁੱਕ ਦੇ ਰਹੇ ਨੇ। ਸਟੈਂਡਰਡ ਆਪਣੇ ਕੋਲ ਖੜਾ ਜੀ, ਠੀਕ ਹੈ ਜੀ, ਬਲੈਕ ਅਲੋਏ ਵੀਲਸ ਲੱਗੇ ਹੋਏ ਨੇ। PB 10 ਲੁਧਿਆਣਾ ਦਾ ਨੰਬਰ, 0204 ਨੰਬਰ ਵੀ ਸੋਹਣਾ। ਕੰਡੀਸ਼ਨ ਦੇ ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ। ਗੱਲ ਕਰੀਏ ਮਾਡਲ ਤੇ ਪ੍ਰਾਈਸ ਦੀ ਜੀ, 2002 ਮਾਡਲ ਹੈ, 1,00,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਇਸ ਤੋਂ ਅੱਗੇ ਗੱਲ ਕਰੀਏ ਤਾਂ ਜੀ, ਆਪਣੇ ਕੋਲ ਖੜਾ 2007 ਮਾਡਲ, 1,50,000 ਰੁਪਏ ਡਿਮਾਂਡ। ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ ਜੀ, ਐਕਸਟਰਾ ਤੋਂ ਅਲੋਏ ਵੀਲਸ ਤੇ ਹਾਰਨ ਵਗੈਰਾ ਜਿਹੜੇ ਉਹ ਲੱਗੇ ਹੋਏ ਨੇ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ, ਤੁਸੀਂ ਚੈੱਕ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਆ ਰਿਹਾ ਜੀ PB 10 ਲੁਧਿਆਣਾ ਦਾ ਹੀ ਨੰਬਰ, ਸਾਈਡ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ, ਸਾਈਡ ਪ੍ਰੋਫਾਈਲ, ਠੀਕ ਹੈ ਜੀ। ਇਸ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ, ਐਕਸਟਰਾ ਤੋਂ ਗੱਲ ਕਰੀ ਤਾਂ ਜੀ ਅਲੋਏ ਵੀਲਸ ਲੱਗੇ ਹੋਏ ਨੇ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ। ਹੁਣ ਗੱਲ ਕਰੀਏ ਆਪਾਂ ਪ੍ਰਾਈਸ ਦੀ ਤਾਂ ਜੀ, 2008 ਮਾਡਲ, 1,50,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਨੈਕਸਟ ਆਪਾਂ ਗੱਲ ਕਰੀ ਤਾਂ ਜੀ, ਆਪਣੇ ਕੋਲ ਖੜਾ ਸਟੈਂਡਰਡ, ਐਕਸਟਰਾ ਤੋਂ ਅਲੋਏ ਵੀਲਸ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜਾ ਹੈ। 0409 ਨੰਬਰ ਵੀ ਠੀਕ ਹੈ, ਅੱਛਾ ਸੋਹਣਾ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਗੱਲ ਕਰੀਏ ਮਾਡਲ ਤਾਂ ਜੀ, 2009 ਮਾਡਲ ਹੈ, 1,60,000, 1,60,000 ਰੁਪੀਜ਼ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਆ ਰਿਹਾ ਜੀ 2011 ਮਾਡਲ, 80,000 ਰੁਪੀਜ਼ ਡਿਮਾਂਡ, ਐਕਸਟਰਾ ਤੋਂ ਐਸ ਵਾਲੇ ਅਲੋਏ ਵੀਲ, ਲੈਗ ਗਾਰਡ, ਹਾਰਨ, ਸਿਲਵਰ ਕਲਰ 'ਚ ਆਪਣੇ ਕੋਲ ਖੜਾ ਜੀ ਇਲੈਕਟ੍ਰਾ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਠੀਕ ਹੈ। ਥੋੜ੍ਹੀ ਬਹੁਤੀ ਸੈਸਰੀ ਐਕਸਟਰਾ ਤੋਂ, ਜਿੱਦਾਂ ਆਪਾਂ ਲੈਗ ਗਾਰਡ ਵਗੈਰਾ, ਹਾਰਨ ਵਗੈਰਾ ਕਹਿ ਦਿੰਦੇ ਹਾਂ, ਉਹ ਲੱਗੇ ਹੋਏ ਨੇ। ਕੰਡੀਸ਼ਨ ਤੇ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ। ਪ੍ਰਾਈਸ ਇੱਕ ਵਾਰ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਜੀ, 2011 ਮਾਡਲ, 80,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਹੈਗਾ ਜੀ 2013 ਮਾਡਲ, PB 10 ਲੁਧਿਆਣਾ ਦਾ ਨੰਬਰ, ਕੰਡੀਸ਼ਨ ਤੁਹਾਡੇ ਸਾਹਮਣੇ, ਐਕਸਟਰਾ ਤੋਂ ਹਾਰਨ ਵਗੈਰਾ ਲੱਗੇ ਹੋਏ ਨੇ। ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ, ਇਸ ਸਾਈਡ ਤੋਂ ਵੀ ਤੁਹਾਨੂੰ ਇੱਕ ਵਾਰੀ ਮੈਂ ਪ੍ਰੋਫਾਈਲ ਦਿਖਾ ਦਿੰਦਾ ਜੀ, ਤੁਸੀਂ ਦੇਖ ਸਕਦੇ ਹੋ, ਠੀਕ ਹੈ। ਹਾਰਨ ਵੀ ਤੁਸੀਂ ਦੇਖ ਸਕਦੇ ਹੋ, ਉੱਪਰੋਂ ਜਾਲੀ ਵਗੈਰਾ ਲਗਾ ਕੇ, ਠੀਕ ਹੈ ਜੀ। ਕੰਡੀਸ਼ਨ ਵਧੀਆ, PB 10 ਲੁਧਿਆਣਾ ਦਾ ਨੰਬਰ, 2013 ਮਾਡਲ, 1,15,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਨੈਕਸਟ ਆਪਣੇ ਕੋਲ ਹੈ ਜੀ PB 10 ਲੁਧਿਆਣਾ ਦਾ ਨੰਬਰ, 2019 ਮਾਡਲ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਟੈਂਡਰਡ, ਠੀਕ ਹੈ ਜੀ। 2019 ਮਾਡਲ, 1,50,000 ਰੁਪਏ ਡਿਮਾਂਡ ਹੈ ਜੀ। ਅਗਰ ਕਿਸੇ ਨੂੰ ਬਿਲਕੁਲ ਸਿੰਪਲ ਪਾਵਰ ਬਾਈਕ ਚਾਹੀਦੀ ਤਾਂ ਜੀ ਉਹ ਆਪਣੇ ਕੋਲ ਵੀ ਖੜੀ ਹੈ, ਠੀਕ ਹੈ ਜੀ। ਕੋਈ ਐਕਸਟਰਾ ਤੋਂ ਹਾਰਨ ਵਗੈਰਾ ਜਾਂ ਅਲੋਏ ਵੀਲਸ ਨਹੀਂ, ਬਿਲਕੁਲ ਸਿੰਪਲ ਸੋਬਰ ਮਿੰਟ ਕੰਡੀਸ਼ਨ, ਕੰਪਨੀ ਫਿਟਡ ਪੀਸ ਜਿੱਦਾਂ ਆਪਾਂ ਕਹਿੰਦੇ ਜੀ ਉਹੀ ਆਪਣੇ ਕੋਲ ਖੜਾ। 2019 ਮਾਡਲ, 1,50,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ।
ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਖੜਾ ਸਟੈਂਡਰਡ ਐਕਸਟਰਾ ਤੋਂ ਆਪਣੇ ਕੋਲ ਅਲੋਏ ਵੀਲ ਤੇ ਹਾਰਨ ਵਗੈਰਾ ਲੱਗੇ ਹੋਏ ਨੇ। ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ, 2091 ਲੁਧਿਆਣਾ ਦੀ ਨਵੀਂ ਸੀਰੀਜ਼ ਦਾ ਨੰਬਰ ਹੈ ਜੀ। ਅਗਰ ਕਿਸੇ ਨੂੰ ਸਿੰਪਲ ਸੋਬਰ ਬਾਈਕ ਚਾਹੀਦੀ, ਕੋਈ ਮੋਡੀਫਿਕੇਸ਼ਨ ਨਹੀਂ, ਤਾਂ ਆ ਵੀ ਇੱਕ ਬਾਈਕ ਆਪਣੇ ਕੋਲ ਮਤਲਬ ਅੱਛੀ ਕੰਡੀਸ਼ਨ 'ਚ ਤੇ ਉੱਚਾ ਮਾਡਲ ਜਿਹੜਾ ਆਪਾਂ ਕਹਿ ਦਿੰਦੇ ਖੜਾ ਵਾ, 2019 ਮਾਡਲ, 1,60,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਬਹੁਤ ਹੀ ਮਿੰਟ ਕੰਡੀਸ਼ਨ 'ਚ ਜਿਹੜੀ ਬਾਈਕ ਆਪਣੇ ਕੋਲ ਖੜੀ ਹੈ। ਇਸ ਤੋਂ ਅੱਗੇ ਕਲਾਸਿਕ ਲਵਰਸ ਲਈ 2018 ਮਾਡਲ, ਬਲੈਕ ਕਲਰ ਦੇ ਵਿੱਚ ਡਿਸਕ ਬ੍ਰੇਕ ਵਾਲਾ ਮਾਡਲ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਬਲੈਕ ਕਲਰ ਦੇ ਵਿੱਚ ਵਾਈਟ ਕਲਰ ਦੀ ਗ੍ਰਾਫਿਕ, ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। 2091 ਲੁਧਿਆਣਾ ਦੀ ਸੀਰੀਜ਼ ਨੰਬਰ ਦੀ ਗੱਲ ਕਰੀਏ ਤਾਂ ਜੀ 2018 ਮਾਡਲ, 1,60,000 ਰੁਪਏ ਡਿਮਾਂਡ ਹੈ। ਬਹੁਤ ਹੀ ਮਿੰਟ ਕੰਡੀਸ਼ਨ 'ਚ ਬਾਈਕ ਜਿਹੜੀ ਖੜੀ ਹੈ। ਐਕਸਟਰਾ ਤੋਂ ਜਿਹੜੇ ਮਿਰਰ ਵਗੈਰਾ ਉਹ ਵੀ ਲੱਗੇ ਹੋਏ ਨੇ। ਅਗਰ ਕਿਸੇ ਨੂੰ ਕਲਰ ਚੇਂਜ ਚਾਹੀਦਾ ਤਾਂ ਜੀ 2025 ਸੀਰੀਜ਼ 'ਚ ਆਪਣੇ ਕੋਲ ਇੱਕ ਪੀਸ ਖੜਾ ਵਾ, ਠੀਕ ਹੈ ਜੀ। ਸਿੰਗਲ ਸੀਟ ਟਾਈਪ ਆਪਾਂ ਕਹਿ ਦਿੰਦੇ ਜਿੱਦਾਂ ਜੀ, ਠੀਕ ਹੈ ਜੀ। ਬਹੁਤ ਹੀ ਅੱਛੀ ਕੰਡੀਸ਼ਨ 'ਚ। ਗੱਲ ਕਰੀਏ ਡਿਸਕ ਬ੍ਰੇਕ ਵਾਲਾ ਮਾਡਲ ਹੈ, ਸਾਈਡ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਮਿੰਟ ਕੰਡੀਸ਼ਨ ਹੈ। 2021 ਮਾਡਲ, 2,00,000 ਰੁਪਏ ਡਿਮਾਂਡ ਹੈ। ਗੱਲ ਕਰੀਏ ਕਿਲੋਮੀਟਰ ਜਿੱਦਾਂ ਜੀ, ਸਿਰਫ ਤੇ ਸਿਰਫ 1100 ਕਿਲੋਮੀਟਰ ਦੇ ਲਗਭਗ ਆਸ ਪਾਸ ਜਿਹੜੀ ਇਹ ਬਾਈਕ ਚੱਲੀ ਹੋਈ ਹੈ। ਇਸ ਤੋਂ ਇਲਾਵਾ ਸਪੋਰਟਸ ਲਵਰ ਜੀ, ਆਪਣੇ ਕੋਲ BB10 ਲੁਧਿਆਣਾ ਦਾ ਨੰਬਰ, 2019 ਮਾਡਲ, 1,20,000 ਰੁਪਏ ਡਿਮਾਂਡ। ਸੁਜ਼ੂਕੀ ਜਿਪਸਰ ਮੈਟ ਫਿਨਿਸ਼, 250 cc ਬਾਈਕ ਹੈ ਜੀ। ਮੈਟ ਫਿਨਿਸ਼ ਕੰਡੀਸ਼ਨ ਤੁਹਾਡੇ ਸਾਹਮਣੇ, ਬਹੁਤ ਹੀ ਮਿੰਟ ਕੰਡੀਸ਼ਨ 'ਚ ਬਾਈਕ ਜਿਹੜੀ ਆਪਣੇ ਕੋਲ ਖੜੀ ਹੈ ਤੇ ਬਹੁਤ ਹੀ ਘੱਟ ਚੱਲੀ, ਲਗਭਗ 1100-1200 ਕਿਲੋਮੀਟਰ ਦੇ ਆਸ ਪਾਸ ਇਹ ਬਾਈਕ ਚੱਲੀ ਹੋਈ ਹੈ। BB10 ਲੁਧਿਆਣਾ ਦਾ ਨੰਬਰ ਹੈ। ਪ੍ਰਾਈਜ਼ ਇੱਕ ਵਾਰ ਦੁਬਾਰਾ ਦੱਸ ਦਿੰਦਾ ਜੀ, 2019 ਮਾਡਲ, 1,20,000 ਰੁਪਏ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਖੜਾ ਜੀ TVS ਦਾ ਅਪਾਚੀ ਵਾਈਟ ਕਲਰ, ਕੰਡੀਸ਼ਨ ਤੁਹਾਡੇ ਸਾਹਮਣੇ, 2019 ਮਾਡਲ, 80,000 ਰੁਪੀਜ਼ ਡਿਮਾਂਡ। ਵਾਈਟ ਕਲਰ 'ਚ ਅਗਰ ਕੋਈ ਲੈਣ 'ਚ ਇੰਟਰਸਟਿਡ ਹੈ ਜੀ, ਛੋਟੀ ਮਿਡ ਸੈਗਮੈਂਟ ਵੀ ਕਹਿ ਸਕਦੇ ਹੋ, ਸਪੋਰਟਸ ਬਾਈਕ ਵੀ ਕਹਿ ਸਕਦੇ ਹੋ, ਬਹੁਤ ਹੀ ਅੱਛੀ ਕੰਡੀਸ਼ਨ 'ਚ ਜਿਹੜੀ ਬਾਈਕ ਆਪਣੇ ਕੋਲ ਖੜੀ ਹੈ। ਇਸ ਤੋਂ ਅੱਗੇ ਅਗਰ ਕੁਛ ਵੱਖਰੀ ਗੱਲ ਕਰੇ ਤਾਂ ਜੀ ਆਪਣੇ ਕੋਲ ਖੜਾ ਜਾਵਾ ਦਾ ਬਾਈਕ, ਕੰਡੀਸ਼ਨ ਤੁਹਾਡੇ ਸਾਹਮਣੇ, ਸਿੰਗਲ ਸੀਟ ਦੇ ਵਿੱਚ ਬਹੁਤ ਹੀ ਮਿੰਟ ਕੰਡੀਸ਼ਨ ਦਾ ਪੀਸ ਹੈ ਜੀ, ਠੀਕ ਹੈ ਜੀ। ਸਿੰਗਲ ਸੀਟ ਐਕਸਟਰਾ ਤੋਂ ਅਗਰ ਆਪਾਂ ਗੱਲ ਕਰੀਏ ਤਾਂ ਜੀ ਸ਼ੀਸ਼ੇ ਵਗੈਰਾ, ਲੈਗਡ ਵਗੈਰਾ ਸਾਰਾ ਕੁਛ ਕੰਪਨੀ ਫਿਟਡ ਕਹਿ ਸਕਦੇ ਹੋ, ਠੀਕ ਹੈ ਜੀ। ਲਾਈਟਸ ਵਗੈਰਾ ਅਗਰ ਆਪਾਂ ਕਹਿ ਦਈਏ, ਠੀਕ ਹੈ ਜੀ। 2020 ਮਾਡਲ, 1,80,000 ਰੁਪਇਆ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਇੱਕ ਵਾਰ ਤੁਹਾਨੂੰ ਮੈਂ ਇਸ ਸਾਈਡ ਤੋਂ ਵੀ ਜਿਹੜੀ ਪ੍ਰੋਫਾਈਲ ਆ ਉਹ ਦਿਖਾ ਦਿੰਦਾ, ਕੰਡੀਸ਼ਨ ਤੁਹਾਡੇ ਸਾਹਮਣੇ ਆ। ਇਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਐਕਟਿਵਾ ਵੀ ਖੜੀ ਹੈ, ਗ੍ਰੇ ਕਲਰ ਦੇ ਵਿੱਚ, ਬਹੁਤ ਹੀ ਮਿੰਟ ਕੰਡੀਸ਼ਨ, ਮੈਟ ਗ੍ਰੇ ਫਿਨਿਸ਼, ਬਹੁਤ ਹੀ ਸਾਫ਼ ਸੁਥਰਾ ਪੀਸ, ਠੀਕ ਹੈ ਜੀ। BB91 ਲੁਧਿਆਣਾ ਦੀ ਨਵੀਂ ਸੀਰੀਜ਼, 2018 ਮਾਡਲ, 52,000 ਰੁਪੀਸ ਜਿਹੜੀ ਹੈ ਸਕੂਟੀ ਦੀ ਡਿਮਾਂਡ ਹੈ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਨੈਕਸਟ ਆਪਾਂ ਗੱਲ ਕਰਦੇ ਜੀ ਆਪਣੇ ਕੋਲ 2018 ਮਾਡਲ ਇੱਕ ਕਿਤਾਬ ਵੀ ਖੜਾ ਜੀ, ਠੀਕ ਹੈ ਜੀ। ਸਟੈਂਡਰਡ ਦੇ ਵਿੱਚ ਸਿੰਪਲ ਸੋਬਰ ਆਈਟਮ, ਕੋਈ ਮੋਡੀਫਿਕੇਸ਼ਨ ਨਹੀਂ, ਕੁਛ ਨਹੀਂ, ਬਿਲਕੁਲ ਸਿੰਪਲ ਆਈਟਮ। 2018 ਮਾਡਲ, 1,45,000 ਰੁਪਇਆ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਆ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜੀ ਇੱਕ ਪੀਸ ਆਪਣੇ ਕੋਲ 18 ਮਾਡਲ ਸੇਮ ਇਹ ਵੀ ਖੜਾ ਜੀ, ਬਟ ਇਸ ਵਿੱਚ ਐਕਸਟਰਾ ਤੋਂ ਜਿਹੜੇ ਅਲੋਏ ਵੀਲ ਵਗੈਰਾ ਉਹ ਲੱਗੇ ਹੋਏ ਨੇ। ਕੰਡੀਸ਼ਨ ਵੀ ਬਹੁਤ ਅੱਛੀ ਹੈ। 2018 ਮਾਡਲ, 1,60,000 ਰੁਪਇਆ ਜਿਹੜੀ ਇਸ ਬਾਈਕ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਆ। ਲਾਸਟ ਬਟ ਨਾਟ ਦਾ ਲੀਸਟ ਆਪਣੇ ਕੋਲ ਖੜਾ ਜੀ ਰੋਇਲ ਐਨਫੀਲਡ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਕਲਾਸਿਕ ਗਨ ਮੈਟਲ ਗ੍ਰੇ, BB91 ਲੁਧਿਆਣਾ ਦੀ ਨਵੀਂ ਸੀਰੀਜ਼ ਦਾ ਨੰਬਰ, 2020 ਮਾਡਲ, 1,90,000 ਰੁਪਏ ਡਿਮਾਂਡ ਹੈ। ਐਕਸਟਰਾ ਤੋਂ ਗੱਲ ਕਰਨ ਦਾ ਜੀ ਜਿਹੜਾ ਹੈਂਡਲ ਵਗੈਰਾ 'ਚ, ਠੀਕ ਹੈ ਜੀ, ਚੇਂਜਿਸ ਥੋੜ੍ਹੇ ਜਿਹੇ, ਅਤੇ ਜਿਹੜੇ ਮਿਰਰ ਵਗੈਰਾ ਉਹ ਲੱਗੇ ਹੋਏ ਨੇ, ਅਤੇ ਨੀਚੇ ਜਿਹੜੇ ਗੱਲ ਕਰੀਏ ਤਾਂ ਜੀ ਹਾਰਨ ਵਗੈਰਾ ਐਕਸਟਰਾ ਤੋਂ ਲੱਗੇ ਹੋਏ ਨੇ। ਕੰਡੀਸ਼ਨ ਤੁਹਾਡੇ ਸਾਹਮਣੇ ਆ। ਕੁਝ ਐਕਸਟਰਾ ਦੀ ਗੱਲ ਕਰੀਏ ਤਾਂ ਜੀ ਆਪਣੇ ਕੋਲ ਇੱਕ ਸਕੂਟਰ ਖੜਾ ਹੈ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਿਲਕੁਲ ਹੀ ਬ੍ਰਾਂਡ ਨਿਊ ਕੰਡੀਸ਼ਨ 'ਚ ਹੈ, ਥੋੜ੍ਹਾ ਜਿਹਾ ਕੋਸਟਲੀ ਵੀ ਹੈ, ਠੀਕ ਹੈ। ਮਾਰਕੀਟ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਲੱਗਦਾ ਵੀ ਇਹ ਚੀਜ਼ ਸਸਤੀ ਹੈ, ਤੁਹਾਨੂੰ ਕੁਛ ਵੱਖਰੀ ਚੀਜ਼ ਦਿਖਾਵਾਂਗਾ। ਗੱਲ ਕਰਦਾ ਜੀ 2004 ਮਾਡਲ ਹੈ, 35,000 ਰੁਪੀਸ ਡਿਮਾਂਡ ਹੈ, ਬਟ ਇਹਦੇ 'ਚ ਖਾਸ ਗੱਲ ਕੀ ਹੈ ਜੀ, ਇਹ 2004 ਮਾਡਲ ਸਿਰਫ ਤੇ ਸਿਰਫ 5,000 ਕਿਲੋਮੀਟਰ ਚੱਲਿਆ ਹੈ। ਜਿਹੜਾ ਤੁਸੀਂ ਬੈਕ 'ਤੇ ਸਟੈਪ ਨਹੀਂ ਦੇਖ ਰਹੇ ਹੋ, ਬੈਕ ਵਾਲਾ ਟਾਇਰ ਅਤੇ ਫਰੰਟ ਵਾਲਾ ਟਾਇਰ ਵੀ ਨਾਲ ਦਾ ਹੈ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਨੰਬਰ ਵੀ ਦਿਖਾ ਦੇਣਾ, ਤੁਸੀਂ ਚੈੱਕ ਕਰ ਸਕਦੇ ਹੋ। ਪਹਿਲੇ ਮਹੀਨੇ 2004 ਦਾ ਜਿਹੜਾ ਇਹ ਟਾਇਰ ਦਾ ਸਿਰਫ ਤੇ ਸਿਰਫ 5,000 ਕਿਲੋਮੀਟਰ ਇਹ ਸਕੂਟਰ ਜਿਹੜਾ ਚੱਲਿਆ ਹੋਇਆ ਵਾ।
ਸੋ ਦੋਸਤੋ ਜਿੱਦਾਂ ਕਿ ਤੁਸੀਂ ਦੇਖਿਆ ਆਪਣੇ ਕੋਲ ਅੱਜ ਬੁਲੇਟ, ਇਲੈਕਟਰਾ, ਸਟੈਂਡਰਡ, ਕਲਾਸਿਕ ਸਾਰੇ ਮਾਡਲ ਖੜੇ ਸੀ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜੀ ਆਪਣੇ ਕੋਲ ਜਾਵਾ, ਅਪਾਚੀ, ਠੀਕ ਹੈ ਜੀ, ਉਹ ਵੀ ਖੜੇ ਸੀ। ਇੱਕ ਐਕਟਿਵਾ ਵੀ ਆਪਣੇ ਕੋਲ ਖੜੀ ਸੀ। ਅਗਰ ਕੋਈ ਬਾਈਕ ਐਕਸਚੇਂਜ ਕਰਨਾ ਚਾਹੁੰਦਾ ਤਾਂ ਐਕਸਚੇਂਜ ਵੀ ਕਰ ਸਕਦਾ। ਡੀਲਰ ਦੀਆਂ ਡਿਟੇਲ ਜਿਹੜੀਆਂ ਡਿਸਕ੍ਰਿਪਸ਼ਨ 'ਚ ਦਿੱਤੀਆਂ ਹੋਈਆਂ ਨੇ। ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ।